ਇਸ ਨਾ ਫਿਲਮ ਦੇ ਵਿੱਚ ਇੱਕ ਸੋਨੀ ਕਰੂ ਨੂੰ ਵੀ ਤੁਸੀਂ ਲਿਆ, ਉਹ ਕਿਵੇਂ ਮਿਲੇ ਸੀ, ਉਸ ਦੇ ਬਾਰੇ ਪੁੱਛਣਾ ਚਾਹੁੰਦੇ ਜਾਣ ਤੋਂ ਪਹਿਲਾਂ? ਮੇਰੇ ਇੱਕ ਮਿੱਤਰ ਨੇ ਕੈਨੇਡਾ ਤੋਂ, ਉਹਨਾਂ ਨੇ ਮੈਨੂੰ ਇੱਕ ਵੀਡੀਓ ਭੇਜੀ ਕਿ ਇੱਕ ਸਰਦਾਰ ਮੁੰਡੇ ਡਾਂਸ ਕਰਦੇ ਪਏ, ਮੈਨੂੰ ਬਹੁਤ ਵਧੀਆ ਲੱਗੀ ਉਹ, ਕਿਹੜਾ ਗਾਣਾ ਸੀ, ਤੇਰੇ ਯਾਰ ਨੂੰ ਦੱਬਣ ਨੂੰ ਆ ਪਰਦਾਉਦਾ ਕਿੱਥੇ ਆ। ਫਿਰ ਉਹ ਇੱਕ ਦੋ ਦਿਨਾਂ 'ਚ ਮੇਰਾ ਫਰੈਂਡ ਸੀ ਇੰਗਲੈਂਡ, ਉਹਨੇ ਵੀ ਵੀਡੀਓ ਭੇਜੀ, ਕਹਿੰਦਾ ਦੇਖੀ ਮੁੰਡੇ ਬਹੁਤ ਫਨੀ ਡਾਂਸ ਕਰਦੇ, ਅਤੇ ਮੈਨੂੰ ਬਹੁਤ ਸੋਹਣੀ ਲੱਗੀ। ਫਿਰ ਉਸ ਹਫ਼ਤੇ ਦੇ ਵਿੱਚ ਮੈਂ ਉਹਨਾਂ ਨੂੰ ਇੰਸਟਾਗ੍ਰਾਮ 'ਤੇ 75 ਹੀ ਦੇਖ ਲਿਆ, ਅਤੇ ਫਿਰ ਅਸੀਂ ਗਾਣਾ ਸ਼ੂਟ ਕਰਨਾ ਸੀ ਐਕਸਪੈਂਸ ਆਪਣਾ, ਹਾਂ ਮਹਿਫਲ ਪ੍ਰਮੋਸ਼ਨਲ ਗਾਣਾ ਸ਼ੂਟ ਕਰਨਾ ਸੀ, ਅਤੇ ਉਹ ਜਦੋਂ ਕਰਦੇ ਸੀ ਕਹਿੰਦੇ ਯਾਰ 15 ਡਾਂਸਰਸ ਇੱਧਰ ਸੇ ਆਏਗੇ, 20 ਇੱਧਰ ਸੇ ਆਏਗੇ, ਐਵੇਂ ਐਸੇ ਕਰ, ਮੈਂ ਡਾਂਸਰਾਂ ਨੂੰ ਵੀ ਲੈਣਾ ਹੀ ਆ, ਵੀ ਉਹ ਮੁੰਡੇ ਪੰਜਾਬ ਦੇ ਬਹੁਤ ਵਧੀਆ, ਸਾਰੇ ਲੋਕ ਉਹਨਾਂ ਨੂੰ ਪਸੰਦ ਕਰਦੇ, ਉਹਨਾਂ ਨੂੰ ਬੁਲਾ ਲਓ ਮੁੰਡਿਆਂ ਨੂੰ ਵਧੀਆ ਕਰੋ ਉਹ ਆ। ਫਿਰ ਮੈਂ ਆਪਣੇ ਜਿਨ੍ਹਾਂ ਨੇ ਫਿਲਮ ਪ੍ਰੋਡਿਊਸ ਕੀਤੀ ਹੈ, ਅਤੇ ਮੈਂ ਤਾਂ ਪ੍ਰੋਡਿਊਸ ਕੀਤੀ ਨਹੀਂ, ਤਾਂ ਮੈਂ ਸਿੱਧਾ ਸੱਦ ਲੈਂਦਾ ਉਹਨਾਂ, ਅਤੇ ਮੈਂ ਉਹਨਾਂ ਨੂੰ ਕਿਹਾ ਆਪਣੇ ਜਿਹੜੇ ਪ੍ਰੋਡਿਊਸਰਸ ਨੂੰ, ਮੈਂ ਕਿਹਾ ਜੀ ਵੀ ਆਹ ਮੁੰਡੇ ਬਹੁਤ ਵਧੀਆ ਕੰਮ ਕਰਦੇ, ਅਤੇ ਜੱਗੀ ਭਾਈ ਉਹਨਾਂ ਨੂੰ ਜੇ ਓਕੇ ਹੈ ਇਹ ਗੱਲ ਤਾਂ ਭਾਜੀ ਨਾਲ ਡਿਸਕਸ ਕਰਕੇ ਵੀ ਉਹਨਾਂ ਮੁੰਡਿਆਂ ਨੂੰ ਆਪਾਂ ਇਸ ਗਾਣੇ 'ਚ ਬੁਲਾਈਏ ਬੰਬੇ, ਅਤੇ ਮੈਨੂੰ ਲੱਗਦਾ ਵਧੀਆ ਰਹੂੰਗਾ।